अज आम आदमी पार्टी दे हलका इंचार्ज से सीनियर नेता ठाकुर अमित सिंह मंटू ने सुजानपुर दे पिंड इटी विच जाके लोका दे नाल मुलाकात की है ते उन्हां दी समस्यावां नूं मौके ते सुनिया गया ते जल्द ही समस्या दा हल करवाउण दा आश्वासन दिता गया। मेरे बहुत ही सत्कारयोग अज पिंड इटी च बैठे मेरिया माता भैणा मेरे बुजुर्ग मेरे नौजवान साथी और जिन्हें भी परवंते सज्जन इत्थे बैठे मैं सारिआं दा धन्नवाद करना कि अज तुहाडे पिंड आउण दा मौका मिलिआ और तुहाडीआं जिहड़ीआं मुश्किलां नूं सुणिआ सारे अपनिया जिहड़ीआं दुख तकलीफां दस रहे हैं सही गल है कि अगर असीं अपनी दुख तकलीफां दसांगे तां ही किसे नूं पता लगेगा जो तुसीं गल्लां कीतीआं ਉਹ ਅਸੀਂ ਧਿਆਨ 'ਚ ਰੱਖਾਂਗੇ। ਲੇਕਿਨ ਮੈਂ ਜਦੋਂ ਇਲੈਕਸ਼ਨ ਤੋਂ ਪਹਿਲੇ ਵੀ ਇਸੇ ਜਗ੍ਹਾ 'ਤੇ ਤੁਹਾਡੇ ਨਾਲ ਮੁਲਾਕਾਤ ਕੀਤੀ ਸੀ ਉਦੋਂ ਵੀ ਸਾਡੀਆਂ ਮਾਤਾ ਭੈਣਾਂ ਨੇ ਬਹੁਤ ਵੱਡਾ ਇਕੱਠ ਕੀਤਾ ਸਾਰੇ ਇੱਥੇ ਆਏ। ਮੈਂ ਉਦੋਂ ਵੀ ਤੁਹਾਨੂੰ ਕਿਹਾ ਹੈ ਕਿ ਚਲੋ ਇਹ ਜਿਹੜੇ ਵੀ ਕੋਈ ਰਾਜਨੀਤਿਕ ਪਾਰਟੀ ਦੇ ਲੀਡਰ ਜਿਹੜੇ ਆਉਂਦੇ ਹੈ ਇਹ ਹਮੇਸ਼ਾ ਸਾਡੇ ਖਾਸ ਕਰਕੇ ਜਿਹੜੇ ਸੁਜਾਨਪੁਰ ਦੀ ਪਰਲੀ ਜਿਹੜੀ ਬੈਲਟ ਹੈ ਇੱਥੇ ਕੰਮ ਕਿਸੇ ਨੇ ਨਹੀਂ ਕਰਵਾਇਆ ਹਜੇ ਤੱਕ ਵੀ ਦੇਖੋ ਵੀ ਸਾਡਾ ਇਹ ਪਿਛੜਾ ਇਲਾਕਾ ਹੈ। ਅੱਜ ਹਲਕਾ ਸੁਜਾਨਪੁਰ ਦੇ ਪਿੰਡ ਇੱਟੀ ਦੇ ਵਿੱਚ ਇੱਥੇ ਆ ਕੇ ਜਿਹੜੇ ਵੀ ਸਾਡੀਆਂ ਮਾਤਾ ਭੈਣਾਂ ਸਾਡੇ ਬਜ਼ੁਰਗ ਨੌਜਵਾਨ ਸਾਥੀ ਉਹਨਾਂ ਦੇ ਨਾਲ ਮੁਲਾਕਾਤ ਹੋਈ ਹੈ ਔਰ ਇਹਨਾਂ ਨੇ ਆਪਣੇ ਪਿੰਡ ਦੀਆਂ ਜਿਹੜੀਆਂ ਸਮੱਸਿਆਵਾਂ ਦੱਸੀਆਂ ਕਿ ਇਸ ਪਿੰਡ ਦੇ ਵਿੱਚ ਮੈਂ ਦੇਖਿਆ ਵੀ ਹਜੇ ਤੱਕ ਵੀ ਪ੍ਰੋਪਰ ਕੋਈ ਰਸਤਾ ਨਹੀਂ ਹੈ ਕੋਈ ਮਾੜਾ ਮੋਟੇ ਨਿਕਾਸੀ ਦੀ ਪ੍ਰੋਬਲਮ ਇੱਕ ਦੱਸਿਆ ਇਹਨਾਂ ਨੇ ਪਿਛਲੇ ਕੋਈ ਨਹਿਰ ਦੇ ਤੁਸੀਂ ਦੇ ਅਗਰ ਰਸਤਾ ਬਣ ਜੇ ਰੋਡ ਬਣ ਜੇ ਤਾਂ ਪਿੰਡ ਵਾਸਤੇ ਬੜੀ ਸੁਵਿਧਾ ਮਿਲੇਗੀ ਖਾਸ ਕਰਕੇ ਸਾਡੇ ਨੌਜਵਾਨਾਂ ਨੂੰ ਵੀ ਜਿਹੜੇ ਸਵੇਰੇ ਸ਼ਾਮੀ ਦੌੜ ਲਾਉਂਦੇ ਜਾਂ ਕੁਛ ਸੋ ਚਲੋ ਅੱਜ ਇਹ ਗੱਲ ਧਿਆਨ 'ਚ ਲਿਆਉਂਦੀ ਹੈ ਅਤੇ ਜ਼ਰੂਰੀ ਹੈ ਜੀ ਬੰਦੇ ਮਹਿਕਮੇ ਨਾਲ ਗੱਲ ਕਰਕੇ ਜਿਸ ਤਰ੍ਹਾਂ ਵੀ ਕੋਈ ਇਹਦਾ ਕੋਈ ਰਸਤਾ ਨਿਕਲੇਗਾ ਉਹ ਜ਼ਰੂਰ ਕੰਮ ਕਰਾਵਾਂਗੇ। ਬਾਕੀ ਜਿਹੜੇ ਹੋਰ ਕੁਛ ਥੋੜ੍ਹੇ ਮੋਟੇ ਜਿਹੜੇ ਆਪਣੇ ਰਾਸ਼ਨ ਕਾਰਡ ਜਿਹੜੇ ਰਹਿੰਦੇ ਹੈ ਲਾਭਪਾਤਰੀਆਂ ਦੇ ਉਹ ਵੀ ਹੁਣ ਸਰਕਾਰ ਦੀ ਤਰਫੋਂ ਜਿਹੜੀ ਵੈਰੀਫਿਕੇਸ਼ਨ ਹੋ ਰਹੀ ਹੈ ਉਸ ਤੋਂ ਬਾਅਦ ਜਿਹੜਾ ਪਹਿਲ ਦੇ ਆਧਾਰ 'ਤੇ ਦਿੰਦੇ ਜਿਹੜੇ ਕਾਰਡ ਜਿਹੜੇ ਬਣਨ ਵਾਲੇ ਉਹ ਬਣਨਗੇ। ਬਾਕੀ ਜਿਹੜੀਆਂ ਕੋਈ ਹੋਰ ਪੈਨਸ਼ਨਾਂ ਵਾਂ ਕੋਈ ਵਿਡੋ ਪੈਨਸ਼ਨ ਹੈ ਕੋਈ ਬੁਢਾਪਾ ਪੈਨਸ਼ਨ ਹੈ ਚਾਹੇ ਕੋਈ ਸਗਨ ਸਕੀਮ ਹੈ ਉਹ ਪਿੰਡ ਦੀ ਜਿਹੜੀ ਵੀ ਕੋਈ ਕਮੇਟੀ ਬਣਾਵਾਂਗੇ ਉਹ ਸਾਡੇ ਜਿਹੜੇ ਵਲੰਟੀਅਰ ਹੈ ਉਹ ਘਰ ਘਰ ਜਾ ਕੇ ਫਾਰਮ ਭਰਨਗੇ ਔਰ ਇਹਨਾਂ ਨੂੰ ਜਿਹੜੇ ਵੀ ਕਾਰਡ ਹੈ ਜਾਂ ਪੈਨਸ਼ਨ ਸਕੀਮਾਂ ਹੈ ਉਹ ਘਰ ਬੈਠ ਕੇ ਇਹਨਾਂ ਨੂੰ ਸੇਵਾਵਾਂ ਜਿਹੜੀਆਂ ਮੁਹੱਈਆ ਹੋਣਗੀਆਂ। ਬਾਕੀ ਮੈਂ ਸਾਰੇ ਜਿੰਨੇ ਵੀ ਮੇਰੀਆਂ ਮਾਤਾ ਭੈਣਾਂ ਮੇਰੇ ਬਜ਼ੁਰਗ ਮੈਂ ਅੱਜ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਅੱਜ ਇਹਨਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਮੈਨੂੰ ਬੁਲਾਇਆ ਔਰ ਆਪਣੇ ਪਿੰਡ ਦੀ ਜਿਹੜੀ ਸਮੱਸਿਆਵਾਂ ਉਹ ਸਾਹਮਣੇ ਰੱਖੀਆਂ। ਸੋ ਬੜਾ ਅੱਛਾ ਲੱਗਿਆ ਕਿ ਜਦ ਤੱਕ ਅਸੀਂ ਕਿਸੇ ਨੂੰ ਸਮੱਸਿਆ ਆਪਣੀਆਂ ਦੱਸਾਂਗੇ ਨਹੀਂ ਸਾਨੂੰ ਪਤਾ ਕਿੱਦਾਂ ਲੱਗੇਗਾ। ਸੋ ਅੱਜ ਕਾਫੀ ਜਿਹੜਾ ਗੱਲਾਂ ਜਿਹੜੀਆਂ ਪਿੰਡ ਦੀਆਂ ਧਿਆਨ 'ਚ ਆਈਆਂ ਔਰ ਬੜੀ ਜਲਦੀ ਇਹਨਾਂ ਦੀ ਜਿਹੜੀ ਸਮੱਸਿਆ ਜਿਹੜਾ ਉਹ ਨਿਪਟਾਰਾ ਕੀਤਾ ਜਾਏਗਾ।